ਸਤਿ ਸ਼੍ਰੀ ਅਕਾਲ ਨਮਸਕਾਰ ਦੂਸੇ ਕਰੋ ਸੰਜਾ ਟੀਵੀ ਮੈਂ ਤੁਹਾਡੇ ਨਾਲ ਅਰਸ਼ਦੀਪ ਕਹਿੰਦੇ ਨੇ ਜਦੋਂ ਵਕਤ ਬਦਲਦਾ ਤਾਂ ਬਾਜ਼ੀਆਂ ਨਹੀਂ ਜ਼ਿੰਦਗੀਆਂ ਜ਼ਰੂਰ ਬਦਲ ਜਾਂਦੀਆਂ ਨੇ ਪਰ ਜ਼ਿੰਦਗੀ ਬਦਲੇ ਨਾ ਬਦਲੇ ਜ਼ਿੰਦਗੀ ਦੇ ਵਿੱਚ ਰੰਗ ਜ਼ਰੂਰ ਹੋਣੇ ਚਾਹੀਦੇ ਨੇ ਹੁਣ ਜ਼ਿੰਦਗੀ ਦੇ ਰੰਗ ਕਿਸ ਤਰ੍ਹਾਂ ਦੇ ਹੁੰਦੇ ਨੇ ਐਂਟਰਟੇਨਮੈਂਟ ਵੀ ਇੱਕ ਰੰਗ ਐਂਟਰਟੇਨਮੈਂਟ ਜਦੋਂ ਕਰਨਾ ਹੁੰਦਾ ਤਾਂ ਅਸੀਂ ਕੀ ਕਰਦੇ ਹਾਂ 뮤జిక్ ਸੁਣਦੇ ਹਾਂ ਵੀ ਫਿਲਮਾਂ ਦੇਖਦੇ ਆਂ ਮੂਵੀਜ਼ ਦੇਖਦੇ ਆਂ ਵੈਬ ਸੀਰੀਜ਼ ਦਾ ਦੌਰ ਹੁਣ ਨਵਾਂ ਚੱਲਿਆ ਹੈ ਵੈਬ ਸੀਰੀਜ਼ ਦੇਖਦੇ ਆਂ ਪਰ ਵੈਬ ਸੀਰੀਜ਼ ਦੀ ਉਹ ਘਾਟ ਰੜਕਦੀ ਹੈ ਜਰੂਰ ਅਸੀਂ ਦੇਖਿਆ ਕਿ ਅਸੀਂ Amazon ਤੇ ਜਾ ਕੇ ਵੈਬ ਸੀਰੀਜ਼ ਦੇਖਦੇ ਆਂ ਅਸੀਂ Netflix ਤੇ ਸੀਰੀਜ਼ ਦੇਖਦੇ ਆਂ ਪਰ ਉਹ ਆਪਣੀ ਬੋਲੀ ਉਹ ਆਪਣੀ ਜਿਹੜੀ ਭਾਸ਼ਾ ਹੈ ਉਹਦਾ ਸਵਾਦ ਕਿਤੇ ਨਾ ਕਿਤੇ ਜਰੂਰ ਰੜਕਦਾ ਹੈ ਹੁਣ ਉਸ ਨੂੰ ਪੂਰਾ ਕਰਨ ਦੇ ਲਈ ਇੱਕ ਨਵੀਂ OTT ਐਪ ਤੁਸੀਂ ਹੁਣ ਜਦੋਂ ਵੀ ਮੂਵੀਜ਼ ਦੇਖਦੇ ਆਂ ਪੰਜਾਬੀ ਮੂਵੀਜ਼ ਕਿਸ ਤੇ ਦੇਖਦੇ ਆਂ ਮੈਨੂੰ ਜ਼ਰੂਰ ਦੱਸਿਓ ਕਿ ਤੁਸੀਂ ਪੰਜਾਬੀ ਮੂਵੀਜ਼ ਕਿਸ ਤੇ ਦੇਖਦੇ ਆਂ ਮੈਂ ਅਦਾਜੀ ਪਟਾਰਾ ਚੈਨਲ ਜਿਹੜਾ ਸਾਡੇ ਘਰ ਜ਼ਰੂਰ ਚੱਲਦਾ ਹੈ ਤੁਹਾਡੇ ਘਰ ਵੀ ਚੱਲਦਾ ਹੋਣਾ ਹੁਣ ਉਸ ਦੀ ਸਕਸੈਸ ਤੋਂ ਬਾਅਦ ਸਾਡੇ ਲਈ ਲੈ ਕੇ ਆ ਰਹੇ ਨੇ ਚੋਪਾਲ ਬਿਲਕੁਲ ਚੋਪਾਲ ਕੀ ਹੈ ਕਿਸ ਤਰ੍ਹਾਂ ਤੁਸੀਂ ਡਾਊਨਲੋਡ ਕਰ ਸਕਦੇ ਆ OTT ਪਲੇਟਫਾਰਮ ਹੈ ਕੌਣ ਲੈ ਕੇ ਆ ਰਿਹਾ ਲੈ ਕੇ ਆ ਰਹੇ ਨੇ ਸੰਦੀਪ ਬਾਂਸਲ ਜੋ ਸਾਡੇ ਲਈ ਅਟੈਸ਼ਨ ਦੀ ਗੱਲ ਕਰ ਲੈਣੇ ਅਸੀਂ ਪਟਾਰਾ ਦੀ ਗੱਲ ਕਰ ਲੈਣੇ ਤੇ ਨਾਲ ਨਾਲ ਉਹਨਾਂ ਦੇ ਸਪੀਡ ਰੈਕર્ડ ਤੋਂ ਰੂਬੀ ਜੀ ਬਿਲਕੁਲ ਇਹ ਜੋੜੀ ਸਾਡੇ ਲਈ ਹੁਣ ਲੈ ਕੇ ਆ ਰਹੀ ਹੈ ਚਪਾਲ ਤੇ ਚਪਾਲ ਦੇ ਬਾਰੇ ਗੱਲਾਂ ਕਰਦੇ ਆ ਤੇ ਸਟੂਡੀਓ ਦੇ ਵਿੱਚ ਅੱਜ ਪਹੁੰਚੇ ਹੋਏ ਨੇ ਸੰਦੀਪ ਬਾਂਸਲ ਜੀ ਤੇ ਰੂਬੀ ਜੀ ਆਓ ਉਹਨਾਂ ਦਾ ਸਵਾਗਤ ਕਰਦੇ ਆ ਸੋ ਬਾਂਸਲ ਰੂਬੀ ਜੀ ਸਵਾਗਤ ਹੈ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸੋ ਸਭ ਤੋਂ ਪਹਿਲਾਂ ਵੈਲਕਮ ਜੀ ਤੁਹਾਡਾ ਤੁਸੀਂ ਕੈਨੇਡਾ ਦੇ ਵਿੱਚ ਆਏ ਹੈਗੇ ਸੋ ਕਿਸ ਤਰ੍ਹਾਂ ਲੱਗ ਰਿਹਾ ਹੈ ਪਹਿਲਾਂ ਤਾਂ ਕੈਨੇਡਾ ਦਾ ਟ੍ਰਿਪ ਦੱਸੋ ਤੁਹਾਡੇ ਤੋਂ ਸ਼ੁਰੂ ਕਰਦੇ ਹਾਂ ਜੀ ਵਧੀਆ ਜੀ ਅਸੀਂ ਟੋਰਾਂਟੋ ਵਿਨੀਪੈਗ ਕੈਲਗਰੀ ਹੁਣ ਤੁਹਾਡੇ ਕੋਲ ਆਏ ਆਂ ਸਾਰੀ ਜਗ੍ਹਾ ਚਪਾਲ ਦੀ ਪ੍ਰਮੋਸ਼ਨ ਕਰਦੇ ਆਏ ਆਂ ਉਹਦੀ ਪ੍ਰੈਸ ਕਾਨਫਰੈਂਸਾਂ ਕੀਤੀ ਅਸੀਂ ਤਿੰਨੋ ਜਗ੍ਹਾ ਜੀ ਤੇ ਇੱਥੇ ਵੀ ਕਰ ਰਹੇ ਆਂ ਤੇ ਚਪਾਲ ਵਾਲੇ ਦੱਸ ਰਹੇ ਆਂ ਕਿ ਹੁਣ ਤੁਹਾਡੀ ਆਪਣੀ ਐਪ ਆ ਗਈ ਹੈ ਬਿਲਕੁਲ ਪੰਜਾਬੀਆਂ ਦੀ netflix ਇਹ ਮੈਨੂੰ ਬੜਾ ਵਧੀਆ ਲੱਗਿਆ ਹੈ ਕਿ ਪੰਜਾਬੀਆਂ ਦੀ netflix ਹੁਣ ਤੁਹਾਡੇ ਤੋਂ ਬਚੂਗੀ ਰੂਬੀ ਜੀ ਫਿਰ ਤੁਹਾਡਾ ਟ੍ਰਿਪ ਕਿਸ ਤਰ੍ਹਾਂ ਦਾ ਚੱਲ ਰਿਹਾ ਹੈ ਮੈਂ ਤਾਂ ਅੱਜਕੱਲ ਵੈਸੇ ਰਹਿ ਰਹਿਆ ਹਾਂ ਸਰੀਰਿਆਂ ਜੀ ਕਾਫੀ ਟਾਈਮ ਤੋਂ ਮੈਂ ਮਾਰਸ ਤੋਂ ਇੱਥੇ ਹੀ ਰਹਿ ਰਹੇ ਹਾਂ ਬੰਸਰ ਸਾਹਿਬ ਆਏ ਨੇ ਇੰਡੀਆ ਤੋਂ ਸੋ ਇਹਨਾਂ ਦੇ ਨਾਲ ਟ੍ਰਿਪ ਕਿਸ ਤਰ੍ਹਾਂ ਚੱਲ ਰਹੀ ਹੈ ਨਾ 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 ਟ੍ਰਿਪ ਚੱਲ ਰਹੀ ਹੈ ਸੋ ਬਿਲਕੁਲ ਬੜਾ ਵਧੀਆ ਮੈਨੂੰ ਲੱਗਦਾ ਹੈ ਕਿ ਚੋਪਾਲ ਦੀ ਸਕਸੈਸ ਮੈਂ ਕਹਿ ਸਕਦੀ ਹਾਂ ਕਿ 3 ਮਹੀਨੇ ਤੋਂ ਆਲਰੇਡੀ ਲਾਂਚ ਹੋ ਚੁੱਕਿਆ ਹੈ ਜੇ ਅਸੀਂ ਇੰਡੀਆ ਦੀ ਗੱਲ ਕਰੀਏ ਉਹਦੀ ਸਕਸੈਸ ਦੇ ਲਈ ਮੈਂ ਕੰਗ੍ਰੈਚੂਲੇਸ਼ਨਸ ਕਹੂੰਗੀ ਤੁਹਾਡੀ ਟੀਮ ਨੂੰ ਕਿ ਤੁਸੀਂ ਆਊਟ ਆਫ ਦਾ ਬਾਕਸ ਜਾ ਕੇ ਸੋਚਿਆ ਕਿ ਕੋਈ ਆਪਣੀ ਐਪ ਵੀ ਹੋਣੀ ਚਾਹੀਦੀ ਹੈ ਸਭ ਤੋਂ ਪਹਿਲਾਂ ਮੈਨੂੰ ਨਾਮ ਦੇ ਬਾਰੇ ਹਿੰਦੁਸਤਾਨ ਦੀ ਕਈ ਭਾਸ਼ਾਵਾਂ ਚ ਅਸੀਂ ਐਪ ਲਾਂਚ ਹਾਂਜੀ ਤਿੰਨ ਭਾਸ਼ਾਵਾਂ ਵਿੱਚ ਪੰਜਾਬੀ ਹਰਿਆਣਵੀ ਬੋਜਪੂਰੀ ਤੇ ਹੋਰ ਭਾਸ਼ਾਵਾਂ ਚ ਵੀ ਕਰਨਾ ਹੈ ਤੇ ਇੱਕ ਸਾਨੂੰ ਐਜਾ ਨਾਮ ਚਾਹੀਦਾ ਜਿਹੜਾ ਸਾਰਿਆਂ ਨੂੰ ਪਰੋਸ ਸਕੇ ਇੱਕ ਲੜੀ ਚ ਹਾਂ ਹਾਂ ਤੇ ਉਹ ਚਪਾਲ ਜਿਸ ਤਰ੍ਹਾਂ ਆਪਣੇ ਸੱਤ ਕਹਿੰਦੇ ਆ ਪੰਜਾਬੀ ਚ ਜੀ ਤੇ ਹਾਂਜੀ ਅਲੱਗ-ਅਲੱਗ ਲੈਂਗੁਏਜ ਚ ਕੋਈ ਨਾ ਕੋਈ ਹੋਰ ਨਾਮ ਹੈ ਪਰ ਉਹਦਾ ਸ਼ਬਦ ਮਤਲਬ ਚਪਾਲ ਹੀ ਹੈ ਹੁਣ ਅਸੀਂ ਗੱਲ ਕਰ ਰਹੇ ਹਾਂ ਇਹ ਵੀ ਚਪਾਲ ਹੀ ਕਰ ਰਹੇ ਹਾਂ ਜੀ ਬਿਲਕੁਲ ਸੋ ਇਹ ਹੈ ਕਿ ਇੱਕ ਪੂਰਾ ਮਿਕਸਚਰ ਜਿਵੇਂ ਹੁਣ ਪਟਾਰਾ ਵੀ ਸੀ ਪਟਾਰਾ ਦਾ ਨਾਮ ਸੀ ਉਹ ਇੱਕੋ ਪਟਾਰੇ ਦੇ ਵਿੱਚੋਂ ਹੀ ਸਾਰੀਆਂ ਚੀਜ਼ਾਂ ਬਾਹਰ ਆ ਰਹੀਆਂ ਸੀਗੀਆਂ ਹੁਣ ਚਪਾਲ ਹੈ ਜਿੱਦਾਂ ਚਪਾਲ ਜਿੱਦਾਂ ਤੁਸੀਂ ਇੱਕ OTT ਪਲੇਟਫਾਰਮ ਲੈ ਕੇ ਆਂਦਾ ਹੈ ਇੰਡੀਆ ਦੇ ਵਿੱਚ ਰਿਲੀਜ਼ ਹੋਇਆ ਇੱਥੇ ਕੈਨੇਡਾ ਦੇ ਵਿੱਚ ਵੀ ਹੋ ਚੁੱਕਿਆ ਹੈ ਕੈਨੇਡਾ 'ਚ ਵੀ ਹੋ ਚੁੱਕਿਆ ਜੀ ਨਾਲ ਹੀ ਹੋਇਆ ਸੀਗਾ ਇਹ ਪਹਿਲੀ ਐਪ ਹੈ ਜਿਹੜੀ ਵਰਲਡ ਵਾਈਡ ਇੱਕੋ ਟਾਈਮ ਤੇ ਰਿਲੀਜ਼ ਹੋਈ ਹੈ ਓਕੇ ਸੋ ਕਿਸ ਤਰ੍ਹਾਂ ਦਾ ਨਾਲ ਸਾਥ ਦੇ ਰਹੇ ਨੇ ਲੋਕ ਲੋਕੀ ਬਹੁਤ 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 ਸਾਥ ਦੇ ਰਹੇ ਆ ਬਹੁਤ ਸਾਡੀ ਹਿੰਮਤ ਵਧਾ ਰਹੇ ਆ ਪਿਆਰ ਕਰ ਰਹੇ ਆ ਸਾਡੇ ਕੰਟੈਂਟ ਅਗਰ ਤੁਸੀਂ ਸ਼ਿਕਾਰੀ ਦੇਖੋ ਜਾਂ ਜ਼ਿਲ੍ਹਾ ਸੰਗਰੂਰ ਪੰਛੀ ਇਸ ਤਰ੍ਹਾਂ ਦੇ ਬਹੁਤ ਜਿਹੜੇ origignal ਚਪਾਲ origignal ਇਸ ਤਰ੍ਹਾਂ ਉਹਦੇ ਵਾਲੇ ਕਾਫੀ ਲੋਕਾਂ ਨੂੰ ਲੋਕੀ ਪਸੰਦ ਕਰ ਰਹੇ ਆ ਸੋ ਰੂਬੀ ਜੀ ਜਿੱਦਾਂ ਹੁਣ ਬਹੁਤ ਸਾਰੇ ਹੋਰ ਪਲੇਟਫਾਰਮ ਵੀ ਹੈਗੇ ਨੇ ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਵੀ ਗੱਲ ਕੀਤੀ ਕਿ ਅਸੀਂ ਯੂਜ਼ ਟੂ ਹੋ ਗਏ ਹਾਂ ਹੁਣ ਹੁਣ ਅਸੀਂ ਸੀਰੀਜ਼ ਜ਼ਿਆਦਾ ਦੇਖਦੇ ਹਾਂ ਅਸੀਂ ਕਈ ਵਾਰ ਐਡਿਕਟਡ ਹੋ ਜਾਂਦੇ ਹਾਂ ਕਈ ਲੋਕ ਤਾਂ ਇੰਨੇ ਕਿ ਸੀਰੀਜ਼ ਦੇ ਐਡਿਕਟਡ ਹੈਗੇ ਨੇ ਕਿ ਜਿਹੜੀਆਂ ਵਧੀਆ ਸੀਰੀਜ਼ ਹੈਗੀਆਂ ਨੇ ਉਹਨਾਂ ਨੂੰ ਲੱਗਦਾ ਕਿ ਸਾਰੇ ਐਪੀਸੋਡ ਅਸੀਂ ਨਾ ਇੱਕੋ ਵਾਰੀ ਚ ਦੇਖ ਲਈਏ ਜੋ ਪਹਿਲਾਂ ਰਿਲੀਜ਼ ਹੋ ਚੁੱਕੇ ਹੈਗੇ ਹੁਣ ਲੋਕ ਜਿਹੜੇ ਨੇ ਉਹ ਡਿਫਰੈਂਟ ਪਲੇਟਫਾਰਮ ਨਾਲ ਆਲਰੇਡੀ ਜੁੜੇ ਹੋਏ ਨੇ ਤੁਹਾਨੂੰ ਕੀ ਲੱਗਦਾ ਕਿੰਨਾ ਕੁ ਹੋਰ ਔਖਾ ਹੋਣਾ ਜਾਂ ਸੌਖਾ ਹੋਣਾ ਉਹਨਾਂ ਨੂੰ ਜੋੜਨਾਂ ਚੋਂ ਬਾਲ ਦੇ ਨਾਲ ਦੇਖੋ ਜੀ Netflix ਤੇ ਜਿਹੜੇ Prime ਨੇ ਉਹਦੇ ਵਿੱਚ Bollywood ਵੀ ਹੈ Hollywood ਵੀ ਹੈ ਸਭ ਕੁਝ ਹੈ ਜੀ ਸਾਡੀ ਜਿਹੜੀ ਹੈ ਇਹ ਆਪਣੀ ਮਾਤਰ ਮਾਂ ਬੋਲੀ ਕਹਿ ਲੋ ਇਹਨਾਂ ਜੀ ਸਿਰਫ ਪੰਜਾਬੀ ਹੈ ਅਸੀਂ ਇਹਦੇ ਤੇ ਫੋਕਸ ਅਸੀਂ ਸਪੀਡ ਵਿੱਚ ਵੀ ਜਿਸ ਤਰ੍ਹਾਂ ਪੰਜਾਬੀ ਗਾਣਿਆਂ ਦਾ ਹੀ ਕਰਦੇ ਆਏ T3C ਉਹ ਹਿੰਦੀ ਵੀ ਕਰਦੀ ਐ ਸੋਹਣੀ ਵਗੈਰਾ ਮਿਕਸ ਕਰਦੇ ਨੇ ਅਸੀਂ ਸਪੀਡ ਨੂੰ ਲੈ ਕੇ ਪੰਜਾਬੀ ਚੀਜ਼ ਰੱਖਿਆ ਯ ਆਪਣੀ ਮਾਂ ਬੋਲੀ ਨੂੰ ਹੀ ਪ੍ਰਮੋਟ ਕਰਨਾ ਹੈ ਪਟਾਰਾ ਵਿੱਚ ਵੀ ਅਸੀਂ ਪੰਜਾਬੀ ਮੂਵੀਜ਼ ਹੀ ਉਹਦੇ ਚ ਮਾਂ ਬੋਲੀ ਤੇ ਸਾਨੂੰ ਜਿਆਦਾ ਡਿਫਿਕਲਟੀ ਨਹੀਂ ਆਏਗੀ ਕਿਉਂਕਿ ਅਸੀਂ ਫੋਕਸ ਹੀ ਆਪਣੀ ਮਾਂ ਬੋਲੀ ਤੇ ਕਰਨਾ ਹੈ ਮਾਂ ਬੋਲੀ ਦੀ ਜਦੋਂ ਗੱਲ ਕਰਦੇ ਆਂ ਤਾਂ ਪੰਜਾਬੀ ਸਿਨੇਮਾ ਦਿਮਾਗ ਦੇ ਵਿੱਚ ਆ ਜਾਂਦਾ ਹੈ ਪੰਜਾਬੀ ਸਿਨੇਮਾ ਜਿਸ ਤਰ੍ਹਾਂ ਦੇ ਨਾਲ ਹੁਣ 골ਡਨ ਪੀਰੀਅਡ ਦੇ ਵਿੱਚ ਮੈਂ ਕਹੂੰਗੀ ਕਿ ਚੱਲ ਰਿਹਾ ਹੈਗਾ ਹੁਣ ਪੰਜਾਬੀ ਸਿਨੇਮਾ ਦਾ ਤੇ ਚਪਾਲ ਦਾ ਇਹ ਕੰਟਰੀਬਿਊਸ਼ਨ ਕਿੰਨਾ ਕੁ ਵਧੀਆ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਦੇਖੋ ਜੀ ਅਸੀਂ ਬਹੁਤ ਨਵੇਂ ਨਵੇਂ ਟੈਲੈਂਟ ਨੂੰ ਸਪੋਰਟ ਕਰ ਰਹੇ ਆਂ ਇਨ ਫੈਕਟ ਅਸੀਂ ਇੱਕ ਕੈਨੇਡਾ ਲਈ ਵੀ ਸਪੈਸ਼ਲੀ ਅਸੀਂ ਟੈਲੈਂਟ ਹੰਟ ਸਟਾਰਟ ਕੀਤਾ ਵੀ ਇੱਥੋਂ ਦੇ ਲੋਕਾਂ ਨੂੰ ਵੀ ਅਸੀਂ ਚਾਂਸ ਦੇਵਾਂਗੇ ਇੱਥੇ ਅਸੀਂ ਪ੍ਰੋਡਕਸ਼ਨ ਸ਼ੁਰੂ ਕਰਾਂਗੇ ਚਪਾਲ ਲਈ ਉੱਥੇ ਉਹਨਾਂ ਨੂੰ ਕੁਝ ਵਿਨਰ ਜਿਹੜੇ ਹੋਣਗੇ ਉਹਨਾਂ ਨੂੰ ਇੱਥੇ ਚਾਂਸ ਦੇਵਾਂਗੇ ਮੈਨੂੰ ਲੱਗਦਾ ਵੀ ਇੰਡਸਟਰੀ ਗਰੋਅ ਕਰੂਗੀ ਬਹੁਤ ਸਾਰੀ ਬਹੁਤ ਨਵੇਂ ਲੋਕ ਆਣਗੇ ਨਵੇਂ ਚਿਹਰੇ ਆਣਗੇ ਇਹਦੇ ਵਿੱਚ ਤੁਸੀਂ ਜ਼ਿਕਰ ਕੀਤਾ ਜਿਲਾ ਸੰਘਰੂਰ ਦਾ ਪੰਛੀ ਦਾ ਹੁਣ ਉਸ ਦੇ ਵਿੱਚ ਇੱਕ ਡਿਫਰੈਂਟ ਚੀਜ਼ ਨਿਕਲ ਕੇ ਸਾਹਮਣੇ ਆਈ ਹੈ ਹੁਣ ਉਹ ਆਰਟਿਸਟ ਜਿਨ੍ਹਾਂ ਦਾ ਕਿਸੇ ਤੇ ਵਿੱਚ 5 ਮਿੰਟ ਦਾ ਰੂਲ ਸੀ ਕਿਸੇ ਮੂਵੀ ਦੇ ਵਿੱਚ 10 ਮਿੰਟ ਦਾ ਰੂਲ ਸੀ ਪਰ ਉਹਨਾਂ ਦੇ ਰੋਲ ਨਿਕਰ ਕੇ ਸਾਹਮਣੇ ਆਏ ਨੇ ਉਹ ਹੋਰ ਨਿਕਰ ਕੇ ਬਾਹਰ ਆਏ ਨੇ ਆਰਟਿਸਟ ਦੀ ਵੈਲਿਊ ਪੈਣ ਲੱਗ ਗਈ ਹੈ ਮੈਂ ਕਹਿ ਸਕਦੀ ਹਾਂ ਤੁਸੀਂ ਇਸ ਚੀਜ਼ ਨਾਲ ਸਹਿਮਤ ਹਾਂਜੀ ਹਾਂਜੀ ਦੇਖੋ ਜਿਹੜਾ OTT ਹੈ ਇਹ ਬੇਸਿਕਲੀ ਕੰਟੈਂਟ ਡਰਿਵਨ ਹੈਗਾ ਤੇ ਅਗਰ ਕੰਟੈਂਟ ਅੱਛਾ ਤਾਂ ਲੋਕੀ ਪਸੰਦ ਕਰਨਗੇ ਇਹਦੇ ਵਿੱਚ ਹੀਰੋ ਫੇਸ ਦੀ ਵੈਲਿਊ ਘਟਾ ਤੇ ਕੰਟੈਂਟ ਦੀ ਜ਼ਿਆਦਾ ਐਕਟਿੰਗ ਦੀ ਜ਼ਿਆਦਾ ਤੁਹਾਨੂੰ ਕੀ ਲੱਗਦਾ ਕਿ ਕੰਟੈਂਟ ਪਿਆ ਹੈ ਕਈ ਵਾਰ ਲੱਗਦਾ ਹੁੰਦਾ ਕਿ ਕੰਟੈਂਟ ਅਸੀਂ ਜਦੋਂ ਦੂਜੀਆਂ ਚੀਜ਼ਾਂ ਵੱਲ ਦੂਜੀ ਇੰਡਸਟਰੀ ਦੇ ਵੱਲ ਜਾਂਦੇ ਆ ਨਾ ਉਦੋਂ ਲੱਗਦਾ ਹੁੰਦਾ ਕਿ ਉਹਨਾਂ ਕੋਲ ਕੰਟੈਂਟ ਬਹੁਤ ਹੈਗਾ ਤੁਹਾਨੂੰ ਕੀ ਲੱਗਦਾ ਪੰਜਾਬੀ ਇੰਡਸਟਰੀ ਦੇ ਕੋਲ ਵੀ ਕੰਟੈਂਟ ਹੈ ਬਹੁਤ ਜੀ ਬਹੁਤ ਬਹੁਤ ਕੰਟੈਂਟ ਹੈ ਅਸੀਂ ਜਦ 2008 ਚ ਸ਼ੁਰੂ ਕੀਤਾ ਸੀ ਫਿਲਮੂਵੀਜ਼ ਦਾ ਮੈਂ ਬੰਬੇ ਚਲਾ ਗਿਆ ਸੀ ਉੱਥੇ ਜਾਰ ਮੂਝਾ ਟਨ ਜੁਲੀਅਟ ਸਟਾਰਟ ਹੋਇਆ ਉਸ ਤੋਂ ਬਾਅਦ ਆਪਣੀ ਇੰਡਸਟਰੀ ਬਹੁਤ ਹੀ ਗਰੋ ਕਰ ਗਈ ਹੈ ਉਹਨਾਂ ਦਾ ਬਹੁ ਜੀ ਬਿਲਕੁਲ ਟੈਲੈਂਟ ਦੀ ਜਦ ਅਸੀਂ ਜਦੋਂ ਗੱਲ ਕਰਦੇ ਆ ਕਿ ਜਿਹੜੇ ਹੀਰੋ ਹੈਗੇ ਨੇ ਉਹ ਅਸੀਂ ਦੇਖਦੇ ਆ ਕਿ ਕਾਮੇਡੀ ਦੇ ਨਾਲ ਜੁੜ ਕੇ ਰਹਿ ਗਏ ਸੀ ਪਹਿਲਾਂ ਕੁਝ ਫਿਲਮੀਆਂ ਆਈਆਂ ਕਿ ਇੱਕ ਤੋਂ ਬਾਅਦ ਇੱਕ ਕਾਮੇਡੀ 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 ਫਿਰ ਇੱਕ ਮੂਵੀਜ਼ ਦੇ ਵਿੱਚ ਹੁੰਦਾ ਸੀ ਕਿ ਇੰਟਰਨੈਸ਼ਨਲ ਤੇ ਪੰਜਾਬ ਦਾ ਲਿੰਕ ਦਿਖਾ ਦਿੱਤਾ ਜਾਂਦਾ ਸੀ ਪਰ ਹੁਣ ਇਹ ਵੈਬ ਸੀਰੀਜ਼ ਦੇ ਵਿੱਚ ਬਹੁਤ ਡਿਫਰੈਂਟ ਸਬਜੈਕਟ ਨਿਕਲ ਕੇ ਸਾਹਮਣੇ ਆਏ ਨੇ ਹਾਂਜੀ ਹਾਂਜੀ ਮੈਨੂੰ ਲੱਗਦਾ ਵੀ ਹੋਰ ਅੱਛੇ ਆਣਗੇ ਮੂਵੀਜ਼ ਵੀ ਚੇਂਜ ਹੋਣਗੀਆਂ ਲੋਕਾਂ ਦੇ ਰਿਸਟਰ ਚ ਟਾਈਮ ਚੇਂਜ ਹੋ ਰਿਹਾ ਲੋਕਾਂ ਦੇ ਟੇਸਟ ਚੇਂਜ ਹੋ ਰਿਹਾ ਸਪੈਸ਼ਲੀ ਓਟੀਟੀ ਜਦੋਂ ਉਹਨਾਂ ਨੇ ਦੇਖਣਾ ਸ਼ੁਰੂ ਕੀਤਾ ਤੇ ਲੋਕਾਂ ਦਾ ਥੋੜਾ ਐਕਸਪੋਜ਼ਰ ਹੋਰ ਵਧਿਆ ਤੇ ਉਹਨਾਂ ਨੂੰ ਲੱਗਿਆ ਵੀ ਯਾਰ ਅਸੀਂ ਪੰਜਾਬੀ ਚ ਵੀ ਚੇਂਜ ਕਰੀਏ ਜਿਹੜੇ ਕ੍ਰੀਏਟਿਵ ਬੰਦੇ ਸੀ ਪ੍ਰੋਡਿਊਸਰ ਸੀ ਉਹਨਾਂ ਨੇ ਵੀ ਇਹਨੂੰ ਚੇਂਜ ਕੀਤਾ ਜਿਵੇਂ ਅਸੀਂ ਵੀ ਆਊਟ ਆਫ ਬਾਕਸ ਜਿਲ੍ਹਾ ਸਗਰੂਰ ਦੇਖੋਗੇ ਜਾਂ ਪੰਛੀ ਦੇਖੋਗੇ ਬਿਲਕੁਲ ਸਿਨੇਮਾ ਤੋਂ ਹਟ ਕੇ ਕੰਟੈਂਟ ਬਿਲਕੁਲ ਤੇ ਜਿਵੇਂ ਤੁਸੀਂ ਕਿਹਾ ਕਿ ਅਲੱਗ-ਅਲੱਗ ਵੈਬ ਸੀਰੀਜ਼ ਵੀ ਹੈਗੀਆਂ ਨੇ ਮੂਵੀਜ਼ ਵੀ ਹੈਗੀਆਂ ਨੇ ਹੁਣ ਫਿਲਹਾਲ ਦੇ ਸਮੇਂ ਦੇ ਲਈ ਕਿਹੜਾ ਕੰਟੈਂਟ ਸਾਨੂੰ ਦੇਖਣ ਨੂੰ ਮਿਲ ਸਕਦਾ ਜੇ ਅਸੀਂ ਚਪਾਲ ਡਾਊਨਲੋਡ ਕਰਦੇ ਹਾਂ ਤਾਂ ਤੁਸੀਂ ਡਾਊਨਲੋਡ ਕਰੋਗੇ ਜੀ 250 ਤੋਂ ਉੱਤੇ ਦਾ ਪੰਜਾਬੀ ਮੂਵੀਜ਼ ਅਵੇਲੇਬਲ ਹੈ ਫਿਰ ਵੈਬ ਸੀਰੀਜ਼ ਅਵੇਲੇਬਲ ਹੈ ਫਿਰ ਸ਼ਾਰਟ ਮੂਵੀਜ਼ ਅਵੇਲੇਬਲ ਹੈ ਤੇ ਮਤਲਬ ਮੇਰੇ ਖਿਆਲ ਚ ਜੋ ਉਹਨਾਂ ਦੀ ਚੋਇਸ ਹੈ ਅਸੀਂ ਉਹਨਾਂ ਨੂੰ ਫੁੱਲਫਿਲ ਕਰ ਪਾਵਾਂਗੇ ਜੀ ਤੇ ਪੰਜਾਬੀ ਸਿਨੇਮਾ ਨੂੰ ਤੁਹਾਨੂੰ ਕੀ ਲੱਗਦਾ ਕਿ ਕੰਟਰੀਬਿਊਸ਼ਨ ਕਿਸ ਤਰ੍ਹਾਂ ਦੀ ਮਿਲੂਗੀ ਚਪਾਲ ਤੋਂ ਦੇਖੋ ਡਿਜੀਟਲ ਪਲੈਟਫਾਰਮ ਮਿਲਿਆ ਪੰਜਾਬੀ ਸੁਲੇਮਾਨ ਨੂੰ ਤੇ ਉਹਨਾਂ ਦਾ ਵੀ ਰੈਵਨਿਊ ਵਧੇਗਾ ਕਿਉਂਕਿ ਅਸੀਂ ਅਗਰ ਕੋਈ ਐਕਵਾਇਰ ਕਰਦੇ ਹਾਂ ਕੰਟੈਂਟ ਉਹਨਾਂ ਦਾ ਵੀ ਰੈਵਨਿਊ ਸਟ੍ਰੀਮ ਇੱਕ ਅਲੱਗ ਤੋਂ ਆ ਗਿਆ ਪਹਿਲਾਂ ਤਾਂ ਕੋਈ ਪਲੈਟਫਾਰਮ ਹੀ ਨਹੀਂ ਸੀਗਾ ਬਿਲਕੁਲ ਸੋ ਜਦੋਂ ਇਹ ਚੋਪਾਲ ਦਾ ਕਨਸੈਪਟ ਤੁਸੀਂ ਲੈ ਕੇ ਆ ਰਹੇ ਸੀ ਜ਼ਾਹਿਰ ਤੌਰ ਤੇ ਤੁਸੀਂ ਗੱਲ ਕੀਤੀ ਹੋਣੀ ਆ ਪਲਾਨ ਬਣਿਆ ਹੋਣਾ ਸੋ ਪਲਾਨ ਪ੍ਰੀ ਪਲੈਨਿੰਗ ਕਦੋਂ ਤੋਂ ਸ਼ੁਰੂ ਹੋ ਗਈ ਸੀ ਮੈਂ ਬੰਬੇ ਸੀਗਾ ਬੰਸਰ ਸਾਹਿਬ ਨਾਲ ਸਾਡੀ ਡਿਸਕਸ਼ਨ ਚੱਲਦੀ ਰਹਿੰਦੀ ਸੀ ਕਿਉਂਕਿ ਹਰ ਇੰਡਸਟਰੀ 'ਚ ਨਾ ਚੇਂਜ ਕਰਨਾ ਬਹੁਤ ਜ਼ਰੂਰੀ ਹੈ ਜਿਸ ਤਰ੍ਹਾਂ ਪਹਿਲੇ ਕੈਸਟਾਂ ਚ ਫਿਰ ਅਸੀਂ ਡਿਸਕਸ ਕਰਦੇ ਬਿਜ਼ਨਸ ਵਿੱਚ ਨਾ ਤੇ ਸਾਨੂੰ ਚਾਹੀਦਾ ਸੀਗਾ ਕਿ ਚੇਂਜ ਆਏ ਜਿੱਦਾਂ ਗੋਰਿਆਂ ਦੀ Netflix ਹੈ ਜੀ ਸਾਨੂੰ ਵੀ ਆਪਣੀ OTT ਪਲੇਟਫਾਰਮ ਇੱਕ ਪੰਜਾਬੀਆਂ ਵਾਸਤੇ ਲਿਆਉਣਾ ਚਾਹੀਦਾ ਪੰਜਾਬੀ ਬਹੁਤ ਦੂਰ ਦੂਰ ਦੁਨੀਆ 'ਚ ਬੈਠੇ ਨੇ ਉਹਨਾਂ ਨੂੰ ਐਟ ਅ ਟਾਈਮ ਜੋ ਅਸੀਂ ਪਾਈ ਹੈ ਉਹ ਸਾਰਾ ਦਿਖੇ ਤਾਂ ਫਿਰ ਅਸੀਂ ਇਹਦੇ ਇੱਕ ਸਾਲ ਦਾ ਸਾਨੂੰ ਇਹਦੇ ਨਾਲ ਡਿਸਾਈਡ ਕਰਨ ਨੂੰ ਇਲਾਕਿਆ ਓ ਵੈਰੀ ਨਾਈਸ ਹਾਂ ਜੀ ਚੋਪਾਲਾ ਨੂੰ ਵੀ ਤੇ ਤਿੰਨ ਸਾਲ ਦੀ ਸਾਡੀ ਮਿਹਨਤ ਹੈ ਉਸ ਤੋਂ ਬਾਅਦ ਹੁਣ ਇਹਨੂੰ ਅਸੀਂ ਲਾਂਚ ਕੀਤਾ ਤਿੰਨ ਮਹੀਨੇ ਹੋਏ ਨੇ ਸਾਨੂੰ ਲਾਂਚ ਕੀਤੇ ਤੇ ਇਹਦੇ ਵਿੱਚ ਫੰਡਿੰਗ ਵਗੈਰਾ ਕਿੰਨੀ ਕਿ ਇਨਵੋਲਵ ਹੈਗੀ ਹੈ ਕਿੰਨਾ ਕਿ ਜ਼ਿਆਦਾ ਐਕਸਪੈਂਡੀਚਰ ਆਇਆ ਇਸ ਐਪ ਨੂੰ ਤਿਆਰ ਕਰਨ ਦੇ ਉੱਤੇ ਦੇਖੋ ਜੀ ਇਹ ਤਾਂ ਖੂ ਹੈ ਜਿੰਨਾ ਜਿੰਨਾ ਮਰਜੀ ਪਾਈ ਜਾਓ ਕਿਉਂਕਿ ਲੋਕ ਇਹਦੀ ਕੰਟੈਂਟ ਜਿੰਨਾ ਪਾਵਾਂਗੇ ਲੋਕਾਂ ਨੂੰ ਉਹਨਾਂ ਪਸੰਦ ਆਏਗਾ ਤੇ ਫੰਡਿੰਗ ਹਸੇ ਸਾਡੀ ਆਪਣੀ ਹੈ ਮਤਲਬ ਕੋਈ ਨਹੀਂ ਹੈ ਕਿ ਬਾਹਰੋਂ ਹੈ ਅਸੀਂ ਆਪਣੀ ਕਰ ਰਹੇ ਹਾਂ ਇਸ ਲਈ ਅਸੀਂ ਮਿਹਨਤ ਵੀ ਉਨੀ ਜ਼ਿਆਦਾ ਕਰ ਰਹੇ ਹਾਂ ਮਿਹਨਤ ਜ਼ਰੂਰ ਹੈ ਜਿਵੇਂ ਤੁਸੀਂ ਕਿਹਾ ਕਿ 3 ਸਾਲ ਦੀ ਮਿਹਨਤ ਕੀ ਲੱਗਦਾ ਹੈ ਕਿ ਮਿਹਨਤ ਨੂੰ ਫਲ ਲੱਗ ਰਿਹਾ ਨਹੀਂ ਲੱਗੇਗਾ ਜੀ ਲੱਗ ਵੀ ਰਿਹਾ ਹੋਰ ਲੱਗੇਗਾ ਤੇ ਅਸੀਂ ਚਾਹਦੇ ਹਾਂ ਕਿ ਹਰ ਜਗ੍ਹਾ ਪਹੁੰਚੇ ਲੋਕਾਂ ਦੇ ਘਰ ਜਿਸ ਹਰ ਘਰ ਅਸੀਂ ਇੱਥੇ ਕੈਨੇਡਾ 'ਚ ਅਸੀਂ ਕੁੰਮੇ ਜਾਂ ਇਵਨ ਇੰਡੀਆ 'ਚ ਹਰ ਘਰ 'ਚ Netflix ਲੋਕਾਂ ਦੇ ਕੋਲ ਤੇ ਸਾਡਾ ਇਹ ਇਹ ਵਿਜ਼ਨ ਹੈ ਜਾਂ ਇਹ ਇੱਛਾ ਹੈ ਕਿ ਅਸੀਂ ਹਰ ਘਰ 'ਚ ਜਿਹੜਾ ਪੰਜਾਬੀ ਘਰ 'ਚ ਚਪਾਲ ਜਰੂਰ ਹੋਵੇ ਬਿਲਕੁਲ ਜਦੋਂ ਅਸੀਂ ਗੱਲ ਕਰਦੇ ਆ ਨਾ ਕਿ ਐਂਟਰਟੇਨਮੈਂਟ ਸਿਨੇਮਾ ਦੀ ਇਹ ਇਹ ਨਹੀਂ ਕਿ ਇੱਕ ਵੈਬ ਸੀਰੀਜ਼ ਬਣ ਜਾਂਦੀ ਹੈ ਜਾਂ ਇਹ ਨਹੀਂ ਕਿ ਇੱਕ ਮੂਵੀ ਬਣ ਜਾਂਦੀ ਹੈ ਤੇ ਉਹ ਮੂਵੀ ਬਣ ਕੇ ਤੇ ਕੰਮ डन ਕਿਉਂਕਿ ਉਹਦੇ ਨਾਲ ਮਗਰ ਕਿੰਨੀ ਤੁਸੀਂ ਦੇਖੋ ਲੇਬਰ ਤੁਸੀਂ ਕਹਿ ਲੋ ਕਿ ਕਿੰਨੇ ਲੋਕਾਂ ਦੇ ਘਰ 'ਚ ਰੋਜ਼ਗਾਰ ਮਿਲਦਾ ਹੈ ਸੋ ਇਹ ਹੈ ਕਿ ਇਹ ਜੇ ਇੱਕ ਇੰਡਸਟਰੀ ਗਰੋ ਕਰੂਗੀ ਤਾਂ ਸਾਰਾ ਚਾਹੇ ਪੰਜਾਬ ਹੈ ਚਾਹੇ ਪੰਜਾਬ ਨਾਲ ਜੁੜੇ ਲੋਕ ਨੇ ਚਾਹੇ ਕਿਸੇ ਹੋਰ ਦੇਸ਼ ਨਾਲ ਜਿਵੇਂ ਤੁਸੀਂ ਹਰਿਆਣੇ ਦੀ ਗੱਲ ਕੀਤੀ ਹੈ ਹੋਰ ਦੀ ਗੱਲ ਕੀਤੀ ਹੈ ਉਹਦੇ ਨਾਲ ਹੋਰ ਚੀਜ਼ਾਂ ਜਿਵੇਂ ਇਕਨੋਮੀ ਦੇ ਵਿੱਚ ਵੀ ਬਹੁਤ ਜ਼ਿਆਦਾ ਵੱਡਾ ਜਿਹੜਾ ਰੋਲ ਅਦਾ ਕਰਦਾ ਐਂਟਰਟੇਨਮੈਂਟ ਹੋਏਗਾ ਹਾਂਜੀ ਹਾਂਜੀ ਬਹੁਤ ਬਹੁਤ ਫਰਕ ਪਏਗਾ এমপ্লয়ਮੈਂਟ ਤਾਂ ਬਹੁਤ ਜਨਰੇਟ ਹੋ ਰਹੀ ਹੈ 2020 ਚ ਜਲਦੀ ਸਾਰੀਆਂ ਅਸੀਂ ਹੁਣ ਤੱਕ 15 ਤੋਂ ਉੱਤੇ ਵੈਬ ਆਪਣੀਆਂ オリジナルਸ ਰਿਲੀਜ਼ ਕਰ ਚੁੱਕੇ ਤੇ 2020 ਚ ਜਦ ਬਣ ਰਹੀਆਂ ਸੀ ਤੇ ਲੋਕਡਾਊਨ ਸੀਗਾ ਜਾਂ ਥੀਏਟਰਸ ਮੂਵੀਜ਼ ਨਹੀਂ ਆ ਰਹੀਆਂ ਸੀ ਤੇ ਪੰਜਾਬ ਦੇ ਵਿੱਚ ਅਸੀਂ ਇੱਕ ਅਲਾ ਸੋਰਸ ਸੀ ਜਿਹੜਾ এমਪਲॉयਮੈਂਟ ਦੇ ਰਹੇ ਸੀ ਸਪੌਟ ਬਾਈ ਤੋਂ ਲੈ ਕੇ ਅੱਗੇ ਉੱਤੇ ਤੱਕ ਅੱਛਾ ਤੁਸੀਂ 2020 ਤੋਂ ਪਹਿਲਾਂ ਹੀ ਸੋਚਣਾ ਸ਼ੁਰੂ ਕਰ ਦਿੱਤਾ ਸੀ ਕਿ ਲਾਕਡਾਊਨ ਆਊਗਾ ਲੋਕ ਘਰਾਂ ਦੇ ਵਿੱਚ ਬੈਠਣਗੇ ਤੇ ਇਹ ਚੀਜ਼ਾਂ ਚਾਹੀਦੀਆਂ ਨੇ ਨਹੀਂ ਜਦੋਂ ਸਾਡਾ ਲਾਕਡਾਊਨ ਆ ਗਿਆ ਤੇ ਇੰਡਸਟਰੀ ਸਾਰੀ ਕਾਫੀ ਵੇਲੀ ਬੈਠੀ ਸੀਗੀ ਤੇ ਇਸ ਅਸਲ ਨੂੰ ਕਾਫੀ ਕੰਮ ਕਰਨ ਦਾ ਟਾਈਮ ਮਿਲ ਗਿਆ ਨਾ ਐਡੀਟਰ ਸਾਡੇ ਕੰਮ ਕਰ ਰਹੇ ਸੀਗੇ ਸਾਰਾ ਕੁਝ ਪੰਜਾਬ ਵਿੱਚ ਇੰਡਸਟਰੀ ਨੂੰ ਕਾਫੀ ਸਪੋਰਟ ਮਿਲੀ ਅੱਛਾ ਮੈਨੇਜ ਕਰਨਾ ਕਿੰਨਾ ਔਖਾ ਲੱਗਿਆ ਦੇ ਮੇਲ ਮੁਸ਼ਕਿਲ ਹੈ ਜੀ ਟੈਕਨੋਲੋਜੀ ਇਨਵੋਲ ਹੈ ਕੰਟੈਂਟ ਇਨਵੋਲ ਹੈ ਵਰਲਡ ਓਵਰ ਇਕੱਠੇ ਕਰਨਾ ਬਹੁਤ ਮੁਸ਼ਕਿਲ ਹੈ ਤੇ ਪਰ ਅਸੀਂ ਵੀ ਸਿੱਖ ਰਹੇ ਹਾਂ ਜਿਸ ਤਰ੍ਹਾਂ ਟਾਈਮ ਨਿਕਲਦਾ ਜਾ ਰਿਹਾ ਹੈ ਅੱਛਾ ਜੀ ਹੁਣ ਅਸੀਂ ਭਾਰਤ ਦੀ ਗੱਲ ਕਰਦੇ ਹਾਂ ਪੰਜਾਬ ਦੀ ਗੱਲ ਕਰਦੇ ਹਾਂ ਹੁਣ ਉੱਥੇ 3 ਮਹੀਨੇ ਪਹਿਲਾਂ ਲਾਂਚ ਹੋ ਗਿਆ ਸੀ ਸਾਰੇ ਕਿਤੇ ਵਰਲਡ ਵਾਈਡ ਲਾਂਚ ਹੋ ਗਿਆ ਸੀ ਪਰ ਕਹਿੰਦੇ ਆ ਨਾ ਕਿ ਕਈ ਵਾਰੀ ਸਾਨੂੰ ਜਾਣਕਾਰੀ ਦੀ ਘਾਟ ਹੁੰਦੀ ਹੈ ਇਨਫੋਰਮੇਸ਼ਨ ਦੀ ਘਾਟ ਹੁੰਦੀ ਹੈ ਸੋ ਐਸੇ ਕਰਕੇ ਹੁਣ ਕੈਨੇਡਾ ਦੇ ਵਿੱਚ ਤਾਂ ਮੈਂ ਬਾਅਦ ਚ ਗੱਲ ਕਰੂੰਗੀ ਪਹਿਲਾਂ ਪੰਜਾਬ ਚੋ ਕਿਸ ਤਰ੍ਹਾਂ ਦਾ ਰਿਸਪੌਂਸ ਆ ਰਿਹਾ ਕਿੰਨੇ ਕੁ ਲੋਕ ਡਾਊਨਲੋਡ ਕਰ ਚੁੱਕੇ ਹੈ ਦੇਖੋ ਵਰਲਡ ਵਾਈਡ ਸਾਡਾ ਤਕਰੀਬਨ 5 ਲੱਖ ਦੇ ਆਸ-ਪਾਸ ਡਾਊਨਲੋਡ ਹੋ ਚੁੱਕਾ ਹੈ ਬੜਾਈ ਜੀ ਤੇ ਅਸੀਂ ਹੁਣ ਗਾਇੰਡ ਆਇਆ ਲੋਕਾਂ ਨੂੰ ਵੇਅਰ ਕਰਨ ਪਹਿਲਾਂ ਅਥਿਆ ਕਿ ਅਸੀਂ ਦੇਖਿਆ ਵੀ ਸਭ ਨੂੰ ਪਤਾ 70 80% ਲੋਕਾਂ ਨੂੰ ਪਤਾ ਚੋ ਬਾਲਵਾਰੇ ਉਹਨਾਂ ਨੇ ਉਹਦਾ ਕੰਟੈਂਟ ਵੀ ਦੇਖਿਆ ਬਟ ਅਨਫੋਰਚਨਟਲੀ ਦੇਖਿਆ ਉਹਨਾਂ ਨੇ ਆਈਪੀ ਬਾਕਸ ਦੇ ਥਰੂ ਹੈ ਹਮਮ ਐਸੋ ਪਾਇਰੇਸੀ ਦਾ ਮੁੱਦਾ ਜਿਹੜਾ ਹੈ ਹਮੇਸ਼ਾ ਉੱਠਦਾ ਰਹਿੰਦਾ ਉਹਨੂੰ ਉਹਦੇ ਨਾਲ ਲੜਨ ਦੇ ਲਈ ਵੀ ਕੋਈ ਚੀਜ਼ਾਂ ਤਿਆਰ ਕਰ ਰਹੇ ਹੋ ਜਾਂ ਸਿਰਫ ਲੋਕਾਂ ਤੱਕ ਹੀ ਇਨਫੋਰਮੇਸ਼ਨ ਹੈ ਨਹੀਂ ਅਸੀਂ ਦੇਖੋ ਜੋ ਵੀ ਪੋਸੀਬਲ ਹੋ ਸਕੇਗਾ ਕਰਦੇ ਆ ਪਰ ਅਸੀਂ ਲੋਕਾਂ ਨੂੰ ਰਿਕੁਐਸਟ ਇਹੀ ਕਰਦੇ ਪਏ ਕਿ ਤੁਸੀਂ ਸਾਨੂੰ ਹਿੰਮਤ ਦੋਗੇ ਤਦ ਹੀ ਅਸੀਂ Netflix ਦੇ ਵਰਗਾ ਕੰਟੈਂਟ ਉਸ ਤਰ੍ਹਾਂ ਕਰ ਪਾਵਾਂਗੇ ਨਹੀਂ ਤਾਂ ਹੋਲੀ-ਹੋਲੀ ਕਵਾਲਿਟੀ ਘਟਾ ਦੇ ਜਾਵਾਂਗੇ ਹੂੰ ਕਵਾਲਿਟੀ ਨਾਲ ਕਦੇ ਵੀ ਕੰਪਰੋਮਾਈਜ਼ ਜਿਹੜਾ ਨਹੀਂ ਹੋਣਾ ਚਾਹੀਦਾ ਕੁਆਂਟੀਟੀ ਤੇ ਕੁਆਲਿਟੀ ਕੁਆਂਟੀਟੀ ਘਟ ਹੋਵੇ ਪਰ ਕੁਆਲਿਟੀ ਜਿਹੜੀ ਆ ਹਮੇਸ਼ਾ 100% ਤੁਹਾਡੀ ਹੋਣੀ ਚਾਹੀਦੀ ਆ ਹੁਣ ਤੁਸੀਂ ਕਿਹਾ ਕਿ 5 ਲੱਖ ਦੇ ਆਸ-ਪਾਸ ਲੋਕਾਂ ਨੇ ਕਰ ਲਿਆ ਹੈਗਾ ਆ ਹੁਣ ਕੈਨੇਡਾ ਦੇ ਵਿੱਚ ਤੁਸੀਂ ਵਿਨੀਪੈਗ ਦੇ ਵਿੱਚ ਵੀ ਗਏ ਆ ਤੁਸੀਂ ਟੋਰਾਂਟੋ ਦੇ ਵਿੱਚ ਵੀ ਗਏ ਆ ਉੱਥੇ ਵੀ ਤੁਸੀਂ ਕਾਨਫਰੰਸਸ ਕੀਤੀਆਂ ਨੇ ਉੱਥੋਂ ਕਿਸ ਤਰ੍ਹਾਂ ਦਾ ਰਿਸਪਾਂਸ ਆਇਆ ਮੈਂ ਤੁਹਾਡੇ ਤੋਂ ਸੁਣਾਂਗੇ ਬਹੁਤ ਅੱਛਾ ਰਿਸਪਾਂਸ ਹੈ ਜੀ ਬਹੁਤ ਪਿਆਰ ਦਿੱਤਾ ਪੰਜਾਬੀਆਂ ਨੇ ਤੇ ਉਹਨਾਂ ਨੂੰ ਵੀ ਅਸੀਂ ਰਿਕਵੈਸਟ ਕੀਤੀ ਹੈ ਕਿ ਇਹ ਤੁਹਾਡਾ ਆਪਣਾ netflix ਹੈ ਪੰਜਾਬੀਆਂ ਦਾ ਤੇ ਉਹਨਾਂ ਨੇ ਬਹੁਤ ਅੱਛਾ ਰਿਸਪੌਂਸ ਦਿੱਤਾ ਬਾਕੀ ਉਹਨਾਂ ਨੂੰ ਮੈਸੇਜ ਵੀ ਦੇ ਕੇ ਆਏ ਆ ਕਿ ਤੁਹਾਡੇ ਇੱਥੇ ਪਾਇਰੇਸੀ ਬਹੁਤ ਹੈ ਹਮ ਅਸੀਂ ਸਾਰੀ ਜਗ੍ਹਾ ਦੇਖਦੇ ਹਾਂ ਇਹ ਬਹੁਤ ਜ਼ਿਆਦਾ ਪਾਇਰੇਸੀ ਹੈ ਇੱਥੇ ਕੈਨੇਡਾ ਗਵਰਨਮੈਂਟ ਨੇ ਜਿਹੜੀ ਹੈ ਆਈਪੀ ਟੀਵੀ ਆ ਉਹਨੂੰ ਬੰਦ ਕਰਨ ਦੇ ਲਈ ਕਿਹਾ ਹੋਇਆ ਹੈ ਉਹ ਹੋਣ ਥੋੜੇ ਟਾਈਮ ਦੇ ਵਿੱਚ ਜਿਹੜਾ ਹੈ ਸ਼ਾਇਦ ਨਿਊਜ਼ ਆ ਜਾਵੇ ਕਿ ਆਈਪੀ ਬਾਕਸਿਸ ਜਿਹੜੇ ਬੰਦ ਹੋ ਗਏ ਨੇ ਪਰ ਸਟਿਲ ਕੰਟੀਨਿਊ ਹੈਗਾ ਕਿ ਇਤਨਾ ਕਿਤੇ ਚੋਰ ਮੋਰੀਆ ਨਿਕਲ ਆਉਂਦੀਆਂ ਨੇ ਅਸੀਂ ਦੇਖ ਸਕਦੇ ਹਾਂ ਸਵੇਹਾ ਹੈਗਾ ਲੋਕਾਂ ਦਾ ਕਿ ਕਿਤੋਂ ਨਾ ਕਿਤੋਂ ਜੜੀਆਂ ਚੀਜ਼ਾਂ ਨਿਕਲਿਆ ਆਉਂਦੀਆਂ ਨੇ ਪਰ ਜਿਹੜੀ ਯੂਨੀਕ ਚੀਜ਼ ਆ ਯੂਨੀਕ ਹੀ ਹੁੰਦੀ ਹੈ ਜਦੋਂ ਕਿਸੇ ਦੇ ਬੈਨੀਫਿਟਸ ਨੂੰ ਪਤਾ ਲੱਗਣ ਲੱਗ ਜਾਂਦੇ ਆ ਨਾ ਉਹ ਅਸੀਂ ਉਧਰ ਵੱਲ ਜਾਂਦੇ ਆ ਹੁਣ ਇਨਫੋਰਮੇਸ਼ਨ ਲੋਕਾਂ ਤੱਕ ਪਹੁੰਚਾਉਣ ਦੇ ਲਈ ਮੀਡੀਆ ਤਾਂ ਸੋਰਸ ਹੈਗਾ ਹੀ ਹੈ ਕਿ ਮੀਡੀਆ ਦੇ ਥਰੂ ਅਸੀਂ ਲੋਕਾਂ ਤੱਕ ਇਨਫੋਰਮੇਸ਼ਨ ਪਹੁੰਚਾ ਸਕਦੇ ਆ ਹੋਰ ਕਿਹੜੇ ਕਿਹੜੇ ਸਾਧਨ ਵਰਤ ਕੇ ਤੁਸੀਂ ਲੋਕਾਂ ਦਾ ਡਿਜੀਟਲ ਕਰਾਂਗੇ ਡਿਜੀਟਲ ਕਰਾਂਗੇ ਤੇ মিডিਆਜ਼ ਆਫ ਕੋਰਸ ਸਭ ਤੋਂ ਪਾਵਰਫੁੱਲ ਹੈ ਸਭ ਤੋਂ ਜਲਦੀ ਮੈਸੇਜ ਬਣਾ ਸਕਦਾ ਹੈ ਇਸ ਲਈ ਤੁਹਾਡੇ ਕੋਲ ਤੁਹਾਡੇ ਸਟੂਡੀਓ ਆਏ ਕਿਵੇਂ ਡਾਊਨਲੋਡ ਕਰ ਸਕਦੇ ਆ ਜੀ ਅਸੀਂ ਚਾਹਾਂਗੇ ਲੇਕੋ ਇਹ ਜਿਸ ਤਰ੍ਹਾਂ ਬਾਕੀ ਡਾਊਨਲੋਡ ਹੁੰਦਾ ਆਈਓਐਸ ਐਪ ਸਟੋਰ ਤੇ ਗੂਗਲ ਪਲੇ ਸਟੋਰ ਤੋਂ ਡਾਊਨਲੋਡ ਕਰੋ ਸਾਰੀ ਇਸ ਕਿਤੇ ਵੀ ਕੀਤਾ ਜਾ ਸਕਦਾ ਹੈ ਟੀਵੀ ਤੇ अवेलेबल ਸਾਰੀ ਜਗ੍ਹਾ ਐ ਐਪਲ ਟੀਵੀ ਫਾਇਰ ਸਟਿਕ ਸਾਰੀ ਜਗ੍ਹਾ अवेलेबल ਹੈ ਕ੍ਰੋਮਕਾਸ ਫੀਚਰ ਹੈ ਚਾ ਚੇਅਰਪਲੇ ਹੈ ਤੇ ਅਸੀਂ ਦੇਖਿਆ ਕਿ ਬਹੁਤ ਘੱਟ ਜਿਹੜੀ ਮਨੀ ਤੁਹਾਡੀ ਲੱਗਦੀ ਹੈ ਸਬਸਕ੍ਰਾਈਬ ਕਰਨ ਦੇ ਲਈ ਸਬਸਕ੍ਰਿਪਸ਼ਨ ਚਾਹੀਦੀ ਹੈ ਤੁਹਾਨੂੰ ਉਹਦੇ ਲਈ ਸੋ ਇਹ ਪੇਮੈਂਟ ਦਾ ਮੈਥਡ ਵੀ ਸਭ ਤੋਂ ਘੱਟ ਗਿਆ ਰੱਖਿਆ ਗਿਆ ਕਿਉਂਕਿ ਆਪਣਾ ਜੀ ਜਿੰਨਾ ਜਿੰਨਾ ਦੇਖੋ ਬਿਜ਼ਨਸ ਸਭ ਨਹੀਂ ਕਰਨਾ ਅਸੀਂ ਵੀ ਬਿਜ਼ਨਸ ਕਰਨੇ ਨਹੀਂ ਆਏ ਪਰ ਜਿੰਨਾ ਕਿ ਸਾਡੀ ਕਾਸਟ ਹੈ ਸਾਨੂੰ ਲੱਗਦਾ ਵੀ ਅਸੀਂ ਹਜੇ Netflix ਜਾਂ Amazon ਦੇ ਲੈਵਲ ਤੇ ਨਹੀਂ ਹੈ ਅਸੀਂ ਰੀਜਨਲ ਆ ਤੇ ਉਸ ਲੈਵਲ ਤੇ ਜਾਣ ਲਈ ਸਾਨੂੰ ਹਜੇ ਬਹੁਤ ਟਾਈਮ ਲੱਗੇਗਾ ਤੇ ਜਦ ਸਟਾਰਟ ਕਰੀਏ ਜਿੰਨਾ ਪਿਆਰ ਮਿਲਦਾ ਹੋ ਸਕਦਾ ਅਸੀਂ ਘਟਾ ਵੀ ਦੇਈਏ ਰੇਟ ਅਗਰ ਸਾਨੂੰ ਕੈਨੇਡਾ ਤੋਂ ਜਾਂ ਇੰਡੀਆ ਤੋਂ ਜਾਂ ਵਰਲਡ ਵਾਈਡ ਰਿਸਪੌਂਸ ਅੱਛਾ ਆਇਆ ਕਿਉਂਕਿ ਅਗਰ ਇਕਨੋਮੀ ਆਫ ਸਕੇਲ ਹੈ ਜੇ ਸਾਡੇ ਖਰਚੇ ਜਿੰਨਾ ਸਾਨੂੰ ਸਬਸਕ੍ਰਿਪਸ਼ਨ ਜ਼ਿਆਦਾ ਆਏਗੀ ਸਾਡੇ ਖਰਚੇ ਉੰਨੀ ਘਟਣਗੇ ਵੀ ਡਿਮਾਂਡ ਐਂਡ ਸਪਲਾਈ ਹੈ ਸੋ ਡਿਮਾਂਡ ਜ਼ਿਆਦਾ ਹੋਣੀ ਚਾਹੀਦੀ ਹੈ ਸਾਰੇ ਵਿਊਅਰਸ ਨੂੰ ਕਹਿੰਦੇ ਆ ਜੀ ਅਸੀਂ ਵੈਂਡਰਸ ਤੋਂ ਉਹਨਾਂ ਨੂੰ ਕਵਾਂਗੇ ਵੀ ਸਾਡੇ ਕੋਲ ਇੰਨੀ ਇੰਨੀ ਸਬਸਕ੍ਰਿਪਸ਼ਨ ਸਾਨੂੰ ਸਸਤਾ ਦੇਣਗੇ ਅਸੀਂ ਅੱਗੇ ਪਾਸ ਅਨ ਕਰਦਾਂਗੇ ਬਿਲਕੁਲ ਸੋ ਵੈਬ ਸੀਰੀਜ਼ ਦੀਆਂ ਮੂਵੀਜ਼ ਦੀ ਗੱਲ ਕੀਤੀ ਹੈ ਹੋਰ ਜਿਹੜਾ ਕੰਟੈਂਟ ਜਿਹੜਾ ਆ ਰਿਹਾ ਹੋਰ ਚੀਜ਼ਾਂ ਤੇ ਕੰਮ ਹੋ ਰਿਹਾ ਕਿੰਨੀਆਂ ਕੁ ਹੋਰ ਚੀਜ਼ਾਂ ਜਿਹੜੀਆਂ ਨੇ ਸਾਨੂੰ ਮਿਲਣਗੇ ਸਾਲ ਦੇ ਅੰਤ ਤੱਕ ਦੇਖੋ ਜੀ ਮੂਵੀਜ਼ ਦੀ ਅਗਰ ਵੈਬ ਸੀਰੀਜ਼ ਦਾ ਤੁਹਾਨੂੰ ਮਿਲਦੀਆਂ ਜਾਣਗੀਆਂ 17 ਨੂੰ ਅਸੀਂ ਆਪਣੀ ਓਰੀਜਨਲ ਇੱਕ ਵੈਬ ਸੀਰੀਅਲ ਚੰਨ ਨਿਕਲ ਵਾਲੇ ਉਹ ਆ ਰਹੀ ਹੈ ਫਰਡੇ ਨੂੰ ਜਮਰੋਲ ਅਸੀਂ ਕੀਤੀ ਹੈ ਉਹ ਵੀ ਇੱਕ ਇੱਕ ਬੰਦੇ ਦੀ ਸਟਰਗਲ ਹੈ ਉਹ ਕਿੱਥੇ ਬਾਹਰ ਆ ਕੇ ਸਟਰਗਲ ਕਰਦਾ ਆਪਣੀ ਲਾਈਫ ਕਿਸ ਤਰ੍ਹਾਂ ਉਹ ਅੱਗੇ ਵੱਧਦਾ ਹੈ ਤੇ ਉਸਤਲਾਵਾ ਸੀ ਮੂਸਾ ਜੀ ਆ ਚੁਕੇ ਦਿਖਾ ਚੁਕੇ ਆਇਆਂ ਸੂਨਨ ਦਿਖਾਨੀਆਂ ਆ ਪਾਣੀ ਚ ਮਦਾਨੀਆਂ ਆਣੀ ਆ ਤਾਂ ਉਹ ਮਤਲਬ ਜਿੰਨੇ ਵੀ ਲੀਡਿੰਗ ਸਟਾਰਸ ਆ ਜੋ ਬੰਡੇ ਪ੍ਰੋਡਕਸ਼ਨ ਸਾਰੀ ਸਾਡੇ ਨਾਲ ਗੱਲਬਾਤ ਅਸੀਂ ਕਰ ਰਹੇ ਹਾਂ ਉਹਨਾਂ ਦੀ ਸਾਰੀ ਇਨਕੁਆਇਰੀ ਕਰ ਰਹੇ ਹਾਂ ਪਲੱਸ ਆਪਣੀਆਂ ਪ੍ਰੋਡਕਸ਼ਨ ਦਾ ਕਰ ਹੀ ਰਹੇ ਆ ਜੀ ਤੇ ਉਹ ਤਕਰੀਬਨ ਅਸੀਂ ਹਰ ਮਹੀਨੇ ਇੱਕ ਦੋ ਆਪਣੀ ਪ੍ਰੋਡਕਸ਼ਨ ਵੀ ਦਿਖਾਵਾਂਗੇ ਬਰੀ ਨਾਈਸ ਸੋ ਇਹ ਹੈ ਕਿ ਕੁੱਲ ਮਿਲਾ ਕੇ ਸਾਨੂੰ ਬਹੁਤ ਵਧੀਆ ਚੀਜ਼ ਹੈ ਇੱਕ ਚੀਜ਼ ਦੇ ਉੱਤੇ ਇੱਕ ਚਪਾਲ ਦੇ ਵਿੱਚ ਮਿਲਣ ਵਾਲੀ ਹੈ ਸਾਨੂੰ ਕਿਤੇ ਹੋਰ ਜਾਣ ਦੀ ਲੋੜ ਨਹੀਂ ਹੈਗੀ ਜਿਵੇਂ ਤੁਸੀਂ ਕਿਹਾ ਕਿ ਪੰਜਾਬੀ ਤਾਂ ਹੈ ਹੀ ਪੰਜਾਬੀ ਸਿਨੇਮਾ ਦੀ ਤਾਂ ਅਸੀਂ ਗੱਲ ਕਰਦੇ ਹਾਂ ਪਰ ਨਾਲ ਹੋਰ ਲੈਂਗੁਏਜ ਦੇ ਵਿੱਚ ਵੀ ਹੌਲੀ-ਹੌਲੀ ਆਉਂਦਾ ਜਾਏਗਾ ਹੁਣ ਫਿਲਹਾਲ ਦੇ ਲਈ ਤਿੰਨ ਪਰ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਮਲਟੀਪਲ ਲੈਂਗੁਏਜ ਜੀ ਸਿਰਫ ਰੀਜਨਲ ਚ ਹਰਿਆਣਾ ਬੋਜਪੂਰੀ ਹਮ ਤਾਂ ਇਹ ਜਿਹੜੀ ਆਪਣੀ ਚਪਾਲ ਹੋਏਗੀ ਸੋ ਆਪਣੀ ਸਾਥ ਹੋਏਗੀ ਸੋ ਆਪਣੀ ਸਾਥ ਦੇ ਵਿੱਚ ਜੇ ਤੁਸੀਂ ਦੂਜੇ ਦੀ ਸਾਥ ਜਾਣਾ ਚਾਹੁੰਦੇ ਆ ਤੇ ਜਾ ਸਕਦੇ ਹੋ ਪਰ ਆਪਣੀ ਸਾਥ ਜਿਹੜੀ ਉਹ ਆਪਣੀ ਪਿਆਰੀ ਹੁੰਦੀ ਹੈ ਸੋ ਆਪਣੀ ਚਪਾਲ ਦੇ ਵਿੱਚ ਰਹਿ ਕੇ ਤੁਸੀਂ ਜਿਸ ਤਰ੍ਹਾਂ ਦਾ ਐਂਟਰਟੇਨਮੈਂਟ ਚਾਹੁੰਦੇ ਆ ਤੁਸੀਂ ਦੇਖ ਸਕਦੇ ਹੋ ਹਾਂਜੀ ਹਾਂਜੀ ਸਭ ਕੁਝ ਮਿਲੇਗਾ ਜੋ ਇੱਕ ਪੰਜਾਬੀ ਜਿਹੜਾ ਐਂਟਰਟੇਨਮੈਂਟ ਜਾਂ ਪੰਜਾਬੀ ਮੂਵੀਜ਼ ਜਾਂ ਵੈਬ ਸੀਰੀਜ਼ ਨੂੰ ਪਸੰਦ ਕਰਦਾ ਉਹਨੂੰ ਉੱਥੇ ਸਭ ਕੁਝ ਮਿਲਿਆ। ਵੈਰੀ ਨਾਈਸ ਇਸ ਬਹੁਤ ਵਧੀਆ ਲੱਗਿਆ ਚੋਪਾਲ ਬਾਰੇ ਜਾਣ ਕੇ ਕਿ ਕੀ ਹੈ ਚੋਪਾਲ ਚੋਪਾਲ ਕਿਸ ਤਰ੍ਹਾਂ ਡਾਊਨਲੋਡ ਕੀਤੀ ਜਾ ਸਕਦੀ ਹੈ ਕਿਸ ਤਰ੍ਹਾਂ ਮਿਹਨਤ ਲੱਗੀ ਹੈ ਤੁਹਾਡੀ ਚਾਹੁੰਦੇ ਹਾਂ ਕਿ ਵੱਧ ਤੋਂ ਵੱਧ ਲੋਕ ਜਿਹੜੇ ਉਹ ਡਾਊਨਲੋਡ ਕਰਨ ਫੋਨਾਂ ਦੇ ਵਿੱਚ ਡਾਊਨਲੋਡ ਕਰ ਸਕਦੇ ਆ ਕਿਉਂਕਿ ਅੱਜ ਕੱਲ ਟੈਕਨੋਲੋਜੀ ਤੁਹਾਡੀ ਜੇਬ ਦੇ ਵਿੱਚ ਹੈ ਜੇਬ ਦੇ ਵਿੱਚ ਕਹਿ ਸਕਦੇ ਆ ਇੱਕ ਸਾਬ ਨਾਲ ਤੁਸੀਂ ਐਂਟਰਟੇਨਮੈਂਟ ਪਾ ਦਿੱਤਾ ਹੈ ਸੋ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਲਈ ਇੰਨਾ ਵਧੀਆ ਕਨਸੈਪਟ ਲੈ ਕੇ ਆ ਰਹੇ ਹੋ ਤੇ ਅਸੀਂ ਤਾਂ ਕੀ ਕਹੋਗੇ ਕੀ ਮੈਸੇਜ ਆ ਤੁਹਾਡਾ ਅੱਜ ਦੇ ਲਈ ਉਹ ਮੈਸੇਜ ਆਈ ਹੈ ਜੀ ਸਾਨੂੰ ਪਿਆਰ ਦਿਓ ਸਾਡਾ ਹੌਸਲਾ ਵਧਾਓ ਤਾਂ ਕਿ ਅਸੀਂ ਹੋਰ ਇਹਨੂੰ ਮੁਕਾਬਲਾ ਕਰ ਸਕੀਏ ਵਰਲਡ ਲੈਵਲ ਤੇ ਜਿਹੜੇ ਵੱਡੇ ਵੱਡੇ ਕਾਰਪੋਰੇਟਸ ਹਨ Netflix ਵਰਗੇ Amazon ਵਰਗੇ ਉਹਨਾਂ ਨਾਲ ਅਸੀਂ ਖੜੇ ਹੋ ਸਕੀਏ ਤੇ ਤੁਸੀਂ ਪ੍ਰਾਊਡਲੀ ਕਹਿ ਸਕੋ ਵੀ ਇਹ ਸਾਡਾ ਆਪਣਾ ਹੈ ਬਿਲਕੁਲ ਜੀ ਕੀ ਕਹੋਗੇ ਤੁਸੀਂ ਬਸ ਐ ਹੀ ਆ ਜੀ ਸਾਰੇ ਕੈਨੇਡਾ ਚ ਘੁੰਮਲੇ ਆ ਸਭ ਨੂੰ ਰਿਕਵੈਸਟ ਕਰਕੇ ਜਾ ਰਹੇ ਆ ਜੀ ਇਹ ਤੁਹਾਡੀ ਆਪਣੀ ਐਪ ਹੈ ਪੰਜਾਬੀਆਂ ਦੀ Netflix ਹੈ ਇਹਨੂੰ オリジナルੀ ਤਰੀਕੇ ਨਾਲ ਦੇਖੋ ਸਾਡਾ ਹੌਸਲਾ ਵਧਾਓ बस 바이러스 ਸੀ ਤੋ ਬਸ ਆਈ ਵੈਰੀ ਨਾਈਸ ਸੋ ਥੈਂਕ ਯੂ ਸੋ ਮੱਚ ਉਸ ਗੱਲਬਾਤ ਕਰਨ ਦੇ ਲਈ ਤੇ ਵਾਂਸ ਅਗੇਨ ਗੁੱਡ ਲੱਕ ਫॉर ਚਪਾਲ ਗੁੱਡ ਵਿਸ਼ਸ ਬਿਲਕੁਲ ਹੁਣ ਤੁਹਾਨੂੰ ਜਿਹੜੀਆਂ ਸ਼ਿਕਾਇਤਾਂ ਸੀਗੀਆਂ ਕੰਟੈਂਟ ਨੂੰ ਲੈ ਕੇ ਜਿਹੜੀਆਂ ਸ਼ਿਕਾਇਤਾਂ ਸੀਗੀਆਂ ਤੁਹਾਡੀਆਂ ਕੀ ਪੰਜਾਬੀ ਸਿਨੇਮਾ ਦੇ ਵਿੱਚ ਇੰਨਾ ਵਧੀਆ ਚੀਜ਼ਾਂ ਕਿਉਂ ਨਹੀਂ ਆ ਰਹੀਆਂ ਉਹ ਸਾਰੀਆਂ ਸ਼ਿਕਾਇਤਾਂ ਇਹ ਚਪਾਲ ਤਿਆਰ ਕੇ ਖਤਮ ਹੋ ਗਈਆਂ ਨੇ ਸਾਰੀਆਂ ਸ਼ਿਕਾਇਤਾਂ ਤੁਹਾਡੀਆਂ ਸੁਣ ਲਈਆਂ ਗਈਆਂ ਨੇ ਮੰਨ ਲਈਆਂ ਗਈਆਂ ਨੇ ਸੋਲਵ ਕਰ ਦਿੱਤੀਆਂ ਗਈਆਂ ਨੇ ਪਰ ਹੁਣ ਜੇ ਜਦੀ ਫੋਨ ਚੁੱਕੋ ਆਪਦਾ ਤੇ ਡਾਊਨਲੋਡ ਕਰੋ ਚਪਾਲ ਨੂੰ ਚਪਾਲ ਨੂੰ ਤੁਸੀਂ ਡਾਊਨਲੋਡ ਕਰ ਸਕਦੇ ਆ ਤੇ ਤੁਸੀਂ ਦੇਖ ਸਕਦੇ ਆ ਵਧੀਆ-ਵਧੀਆ ਪੰਜਾਬੀ ਵੈਬ ਸੀਰੀਜ਼ ਤੁਸੀਂ ਵਧੀਆ-ਵਧੀਆ ਫਿਲਮਾਂ ਦੇਖ ਸਕਦੇ ਆ ਤੇ ਜੇ ਕੋਈ ਤੁਸੀਂ ਇਹਨਾਂ ਤੱਕ ਮੈਸੇਜ ਵੀ ਪਹੁੰਚਾਉਣਾ ਚਾਹੁੰਦੇ ਆ ਕੋਈ ਫੀਡਬੈਕ ਦੇਣੀ ਚਾਹੁੰਦੇ ਆ ਤਾਂ ਵੀ ਇਹਨਾਂ ਨੂੰ ਫੀਡਬੈਕ ਦੇ ਸਕਦੇ ਆ ਪਰ ਭੁੱਲਿਓ ਨਾ ਚਪਾਲ ਨੂੰ ਡਾਊਨਲੋਡ ਕਰੋ ਤੇ ਅਸੀਂ ਤੁਹਾਡੇ ਤੱਕ ਇਨਫਰਮੇਸ਼ਨ ਇਸੇ ਤਰ੍ਹਾਂ ਭੇਜਉਂਦੇ ਰਵਾਂਗੇ ਦੇਖਦੇ ਰਹੋ ਸੰਚੈ ਟੀਵੀ ਤੇ ਮੈਨੂੰ ਅਰਸ਼ਦੀਪ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ